ਲੁਧਿਆਣਾ ਦੇ ਪੌਸ਼ ਏਰੀਆ ਟੈਗੋਰ ਨਗਰ ਚ ਦਿਨ ਦਹਾੜੇ ਉਸ ਵੇਲੇ ਸਨਸਨੀ ਫੈਲ ਗਈ ਜਦ ਘਰ ਵਿਚ ਅਗਿਆਤ ਵਿਅਕਤੀਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦ ਕੰਮ ਵਾਲੀ ਨੇ ਬਾਹਰੋਂ ਆ ਕੇ ਦੇਖਿਆ ਕਿ ਘਰ ਦਾ ਨੌਕਰ ਬੇਹੋਸ਼ ਪਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਸੀਸੀਟੀਵੀ ਖੰਗਾਲਣ ਚ ਜੁਟ ਗਈ। ਮਾਮਲਾ ਲੁੱਟ ਦਾ ਲੱਗ ਰਿਹਾ ਹੈ ਪਰ ਪੁਲਿਸ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਮਿਲੀ ਜਾਣਕਾਰੀ ਮੁਤਾਬਕ ਘਰ ਚ ਮੌਜੂਦ ਲੱਖਾਂ ਦਾ ਸਮਾਨ ਮੌਕੇ ਤੋਂ ਗਾਇਬ ਦੱਸਿਆ ਜਾ ਰਿਹਾ ਹੈ। ਘਰ ਦਾ ਮਾਲਕ ਪਰਿਵਾਰ ਸਮੇਤ ਦੁਬਈ ਗਿਆ ਹੋਇਆ ਹੈ। ਨੁਕਸਾਨ ਦੀ ਜਾਣਕਾਰੀ ਪਰਿਵਾਰ ਦੇ ਆਉਣ ਤੋਂ ਬਾਅਦ ਹੀ ਪਤਾ ਚੱਲੇਗੀ। ADCP ਗੁਰਪ੍ਰੀਤ ਪੁਰੇਵਾਲ ਅਤੇ ACP ਮਨਦੀਪ ਸਿੰਘ ਨੇ ਡੌਗ ਸਕੁਐਡ ਦੇ ਨਾਲ ਪਹੁੰਚ ਕੇ ਮਾਮਲੇ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ। ਕੁਛ ਨਹੀਂ ਹੈ ਜੀ, ਸਭ ਕੁਛ ਇੰਟੈਕਟ ਹੈ, ਸਭ ਕੁਛ ਸੇਫਟੀ ਗਾਰਡ ਹੈ, ਕੁਛ ਨਹੀਂ ਹੈ ਜੀ, ਕੁਛ ਨਹੀਂ। ਬਿਊਰੋ ਰਿਪੋਰਟ, ਲੁਧਿਆਣਾ ਵਿਊ।